Yeah, I'm so glad.
ਸਾਰੇ ਸਭ ਥਾਈ ਹੋਏ ਸਨ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਨ। ਦਸਾਂ ਸਾਹਿਬ ਦਲ ਪਰ ਹੈ
ਆਨੰਦ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਸਾਰੀ ਸੰਗਤ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਪਾਵਨ ਬੋਲ ਜਿਹਾ ਜੀ ਲਿਖਿਆ ਤਿਹਾ ਹੁਕਮ ਕਮਾਹੇ ਘਲੇ ਆਵੇ ਨਾਨਕਾ ਸਦੇ ਉੱਠੇ ਜਾਹੇ ਜਿਨ ਕੋਈ ਚੀਜ਼ ਦਰਕ ਹੈ ਪਾਟੀ ਤਿਨਾ ਹੋਵੇ। ਸੋ ਉਹਨਾਂ ਦੇ ਅੰਤਮ ਅਰਦਾਸ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਮਰਜ਼ਾਦਾ ਦੇ ਅਨੁਸਾਰ ਸਭ ਪਿਛਲੇ ਪਰਿਵਾਰ ਵੱਲੋਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਕਲਯੁਗ ਮਹਿ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਆਂ ਲਾ ਗੁਰੂ ਦੀਆਂ ਸੰਗਤਾਂ ਨੇ ਪਾਵਨ ਬਾਣੀ ਦੇ ਹਰਿਜਸ ਕੀਰਤਨ ਸਰਵਣ ਕੀਤੇ। ਗੁਰੂ ਪਿਆਰਿਓ, ਇਹ ਪਾਵਨ ਔਰ ਪਵਿੱਤਰ ਸ਼ਬਦ ਜੋ ਆਪ ਜੀ ਨੇ ਅੰਮ੍ਰਿਤ ਬਾਣੀ ਸਭ ਤਰੀਕੇ ਦੇ ਨਾਲ ਸਾਨੂੰ ਇਸ ਜ਼ਿੰਦਗੀ ਦੇ ਫਲਸਫੇ ਬਾਰੇ ਸਮਝਾਇਆ ਗਿਆ। ਸਤਿਗੁਰਾਂ ਜੀ ਨੇ ਅਨੇਕਾਂ ਉਦਾਹਰਣਾਂ ਦੇ ਦੇ ਕੇ ਅੰਮ੍ਰਿਤ ਬਾਣੀ ਦੇ ਰਾਹੀਂ ਸਾਨੂੰ ਇਸ ਜੀਵਨ ਫਲਸਫੇ ਨੂੰ ਸਮਝਾਉਣ ਦਾ ਯਤਨ ਕੀਤਾ। ਜਿੱਦਾਂ ਕਿ ਸਤਿਗੁਰੂ ਜੀ ਦਾ ਅੰਮ੍ਰਿਤ ਵਚਨ ਆਪ ਜੀ ਸਰਵਣ ਕਰਦੇ ਹੋ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ। ਇਹ ਸਤਿਗੁਰੂ ਜੀ ਨੇ ਇਸ ਜੀਵਨ ਦੇ ਸੱਚ ਨੂੰ ਸਮਝਾਇਆ ਤੇ ਪਹਿਲੇ ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਹੁਕਮ ਸਮਝਾਉਣ ਦਾ ਯਤਨ ਕੀਤਾ। ਜੰਮਣ ਮਰਨਾ ਹੁਕਮ ਹੈ ਭਾਣ ਹੈ ਆਵੇ ਜਾ। ਸਤਿਗੁਰੂ ਦੀ ਅੰਮ੍ਰਿਤ ਬਾਣੀ ਦੇ ਵਿੱਚ ਅਨੇਕਾਂ ਪ੍ਰਮਾਣ ਨੇ, ਅਨੇਕਾਂ ਪ੍ਰਮਾਣ ਨੇ ਕਿ ਇਸ ਸੰਸਾਰ ਦੇ ਉੱਤੇ ਜਿਹੜਾ ਜੀਵ ਜਨਮ ਪ੍ਰਾਪਤ ਕਰਦਾ ਉਹ ਵੀ ਕਰਤੇ ਦੇ ਹੁਕਮ ਦੇ ਵਿੱਚ ਕਰਦਾ ਪਿਆ। ਥੋੜ੍ਹੀ ਥੋੜ੍ਹੀ ਵਿਚਾਰ ਆਪਾਂ ਕਰਕੇ ਅੱਗੇ ਉਤਰਨਾ। ਮੌਤ ਦੂਸਰਾ ਪਹਿਲੂ ਹੈ, ਪਹਿਲਾ ਪਹਿਲੂ ਜੀਵਨ ਹੈ, ਕਿਉਂਕਿ ਜੀਵਨ ਪ੍ਰਾਪਤ ਹੋਇਆ ਤੇ ਬਾਅਦ ਮੌਤ ਅਟਲ ਸਚਾਈ। ਪਰ ਸਤਿਗੁਰੂ ਜੀ ਨੇ ਇਹ ਸਮਝਾਇਆ ਕਿ ਜੀਵਨ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ, ਜਨਮ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ, ਮੌਤ ਵੀ ਪ੍ਰਮਾਤਮਾ। ਜਿਸ ਤਰ੍ਹਾਂ ਕਿਸੇ ਕਿਸਾਨ ਦੇ ਹੱਥ ਵਿੱਚ ਕੀ ਹੈ ਵੀ ਉਹ ਬੀਜ ਨੂੰ ਬੀਜ ਦੇ ਸਕਦਾ ਹੈ, ਆਪਾਂ ਸਾਰੇ ਜਾਣਦੇ ਹਾਂ ਬੀਜ ਬੀਜਿਆ ਵੀ ਜਾ ਸਕਦਾ ਹੈ, ਉਹ ਬੀਜ ਧਰਤੀ ਵਿੱਚੋਂ ਪੁੰਗਰੇਗਾ ਕਿ ਨਹੀਂ। ਕਹਿੰਦੇ ਆਪਾਂ ਕਹਿੰਦੇ ਹਾਂ ਨਾ ਕੁਦਰਤ ਦੇ ਹੱਥੇ, ਇਹਦੇ ਕਰਤੇ ਦੇ ਹੱਥੇ, ਪਰਮਾਤਮਾ ਦੇ ਹੱਥੇ ਵੀ ਉਹ ਬੀਜ ਤੇ ਅਸੀਂ ਬੀਜ ਦਿੱਤਾ, ਪਰ ਬੀਜ ਪੁੰਗਰੇਗਾ ਕਿ ਨਹੀਂ ਇਹ ਕਰਤਾਰ ਦੇ ਹੱਥ ਹੈ ਭਾਈ। ਅਕਲ ਸਤਨਾਮ ਇਹ ਕਰਤੇ ਦੇ ਹੱਥ ਇਹਨਾਂ ਨੂੰ ਸਤਿਗੁਰੂ ਦੀ ਅੰਮ੍ਰਿਤ ਬਾਣੀ ਜੀ ਜੇ ਪੜ੍ਹੀਏ ਵਿਚਾਰੀਏ ਤੇ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਪਹਿਲੇ ਪਹਿਲੇ ਰੈਣ ਕੈ ਬਣ ਜਾ ਰਿਹਾ ਪੁੱਤਰਾ ਹੁਕਮ ਪਿਆ ਗਰਭਾਸ। ਸਤਿਗੁਰੂ ਜੀ ਅੰਮ੍ਰਿਤ ਬਾਣੀ ਨੂੰ ਸਮਝਾਉਂਦੇ ਕਹਿੰਦੇ ਦੇਖ ਭਾਈ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਕਹਿੰਦੇ ਜ਼ਿੰਦਗੀ ਰੂਪੀ ਰਾਤ ਦੇ ਪਹਿਲੇ ਪਹਿਰ ਵਿੱਚ ਚਾਰ ਪਹਿਰ ਦਿਨ ਦੇ ਹੁੰਦੇ ਨੇ, ਚਾਰ ਪਹਿਰ ਰਾਤੀ ਦੇ, ਤੇ ਰਾਤ ਦੇ ਚਾਰ ਪਹਿਰਾਂ ਨੂੰ ਸਤਿਗੁਰੂ ਜੀ ਨੇ ਸੰਬੋਧਨ ਕਰਦੇ ਹੋਏ ਸਾਨੂੰ ਸਮਝਾਇਆ ਕਹਿੰਦੇ ਜ਼ਿੰਦਗੀ ਰੂਪੀ ਤੇਰੀ ਰਾਤ ਹੈ ਤੇ ਜ਼ਿੰਦਗੀ ਰੂਪੀ ਰਾਤ ਦੇ ਪਹਿਲੇ ਪਹਿਰ ਦੇ ਵਿੱਚ ਕਰਤੇ ਪੁਰਖ ਦਾ ਹੁਕਮ ਹੋਇਆ ਤੇ ਐ ਜੀਵ ਨੂੰ ਮਾਂ ਦੇ ਗਰਭ ਦੇ ਵਿੱਚ ਆਇਆ। ਪਹਿਲਾਂ ਸੁਣਿਓ ਧਿਆਨ ਦਿਓ, ਪਹਿਲਾਂ ਪਹਿਲੇ ਰੈਣ ਕੇ ਹੁਕਮ ਪਿਆ ਗਰਭਾਸ, ਹੁਕਮ ਪਿਆ ਭਾਵ ਪ੍ਰਮਾਤਮਾ ਦਾ ਹੁਕਮ ਹੋਇਆ ਤੇ ਤੂੰ ਮਾਂ ਦੇ ਗਰਭ ਦੇ ਵਿੱਚ ਜੀਵਨ ਪ੍ਰਾਪਤ ਕੀਤਾ। ਤੇ ਗੁਰੂ ਦੀ ਸਿੱਖੋ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਮਾਂ ਦੇ ਗਰਭ ਜਿਹੜਾ ਜੀਵ ਹੈ ਉਹ 9 ਮਹੀਨੇ 10 ਮਹੀਨੇ ਰਹਿੰਦਾ ਤੇ ਫਿਰ ਇਸ ਸੰਸਾਰ ਦੇ ਉੱਤੇ ਜਨਮ ਪ੍ਰਾਪਤ ਕਰਦਾ, ਮਾਂ ਦੇ ਜਨਮ ਤੋਂ ਬਾਅਦ ਆ ਜਾਂਦਾ ਹੈ। ਪਰ ਇਸ ਸੰਸਾਰ ਦੇ ਉੱਤੇ ਅਨੇਕਾਂ ਲੱਖਾਂ ਐਸੇ ਜੀਵ ਜਿਨ੍ਹਾਂ ਨੇ ਪ੍ਰਮਾਤਮਾ ਦੇ ਹੁਕਮ ਅੰਦਰ ਮਾਂ ਦੇ ਗਰਭ ਅੰਦਰ ਤੇ ਜਨਮ ਪ੍ਰਾਪਤ ਕੀਤਾ, ਉਹ ਕਰਦੇ ਦੇ ਹੁਕਮ ਵਿੱਚ ਮਾਂ ਦੇ ਗਰਭ ਵਿੱਚ ਤੇ ਆਏ। ਪਰ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਵਚਨ ਆਪ ਜੀ ਸੁਣਦੇ ਹੋ ਨਾ, ਕਈ ਕੋਟ ਗਰਭ ਹਿਰ ਖਰਿਆ,
ਕਹਿੰਦੇ ਲੱਖਾਂ ਜੀਵ ਮਾਂ ਦੇ ਗਰਭ ਵਿੱਚ ਤੇ ਆਏ ਪਰ ਸਤਿਗੁਰੂ ਜੀ ਕਹਿਣ ਲੱਗੇ ਲੱਖਾਂ ਹੀ ਜੀਵ ਮੈਂ ਇਸ ਮਾਂ ਦੇ ਗਰਭ ਵਿੱਚ ਕਰਦੇ ਵੀ ਦੇਖੇ ਨੇ ਜਿਹਨਾਂ ਨੂੰ ਸੰਸਾਰ ਤੇ ਇਸ ਧਰਤੀ ਤੇ ਜਨਮ ਪ੍ਰਾਪਤ ਵੀ ਨਹੀਂ ਹੋਇਆ। ਅੱਖ ਸਤਨਾਮ ਉਹ ਮਾਂ ਦੇ ਗਰਭ ਵਿੱਚ ਤੇ ਆਏ ਪਰ ਕਰਤੇ ਦਾ ਹੁਕਮ ਨਹੀਂ ਸੀ, ਕਰਤਾਰ ਦਾ ਹੁਕਮ ਨਹੀਂ ਸੀ, ਉਹਨਾਂ ਨੂੰ ਸੰਸਾਰ ਤੇ ਜਨਮ ਲੈਣ ਦਾ ਸਮਾਂ ਪ੍ਰਾਪਤ ਨਹੀਂ ਹੋਇਆ। ਕਈ ਕੋਟ ਗਰਭ ਹੈ ਖਰਿਆ, ਇਹ ਕੇਵਲ ਜੀਵਨ ਜਿਹੜਾ ਸਾਨੂੰ ਸੰਸਾਰ ਤੇ ਪ੍ਰਾਪਤ ਹੋਇਆ ਉੱਥੇ ਹੀ ਜਿਸਮ ਲਾਗੂ ਨਹੀਂ ਹੋਇਆ। ਇੱਥੇ ਕਹਿੰਦੇ ਆ ਹੁਕਮ ਦੇ ਵਿੱਚ ਸਭ ਕੁਝ, ਮਾਂ ਦੇ ਗਰਭ ਵਿੱਚ ਜੀਵ ਆਇਆ, ਗਰਭ ਤੋਂ ਬਾਹਰ ਆਉਣ ਦਾ ਸਮਾਂ ਨਹੀਂ ਮਿਲਿਆ। ਕਈ ਕੋਟ ਕਰੋੜਾਂ ਹੀ ਕਹਿੰਦੇ ਮਾਂ ਦੇ ਗਰਭ ਵਿੱਚ ਹੀ ਗੱਲ ਹੁਕਮ ਸੀ ਕਰਦੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਸਮਝਾਉਣਾ ਕੀਤਾ, ਕਹਿੰਦੇ ਜਿਸ ਵੇਲੇ ਜੀਵਨ ਪ੍ਰਾਪਤ ਹੋ ਗਿਆ, ਜਿਸ ਵੇਲੇ ਸੰਸਾਰ ਦੇ ਜਨਮ ਪ੍ਰਾਪਤ ਹੋ ਗਿਆ, ਫਿਰ ਅਗਲਾ ਨਿਯਮ ਲਾਗੂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਆਪ ਜੀ ਸੁਣਦੇ ਹੋ ਨਾ, ਕਹਿੰਦੇ ਸੁਣਿਓ ਧਿਆਨ ਦਿਓ ਅਮਰਤ ਬਾਣੀ ਸਾਨੂੰ ਪੁਕਾਰ ਪੁਕਾਰ ਕੇ ਸਮਝਾਉਂਦੀ। ਸਤਿਗੁਰੂ ਜੀ ਕਹਿਣ ਲੱਗੇ ਮਨ ਰਖਾਏ ਮੰਡਲ ਮਹਿ ਆਏ ਜੀਵਨ ਸਾਜੈ ਮਾਈ। ਕਹਿੰਦੇ ਜਦੋਂ ਕਰਤਾਰ ਨੇ ਮਾਈ, ਇੱਥੇ ਗੁਰੂ ਜੀ ਨੇ ਪ੍ਰਮਾਤਮਾ ਨੂੰ ਕਹਿ ਕੇ ਸੰਬੋਧਨ ਕੀਤਾ, ਅਕਾਲ ਪੁਰਖ ਨੂੰ ਕਿਹਾ ਹੈ ਮਾਈ ਪਾਲਣ ਵਾਲੀ, ਹੇ ਕਰਤਾਰ ਹੇ ਵਾਹਿਗੁਰੂ ਜਿਸ ਵੇਲੇ ਤੂੰ ਜੀਵਾਂ ਨੂੰ ਸਾਜਨਾ ਕੀਤਾ ਜੀਵਨ ਸਾਜੈ ਮਾਈ। ਜਦੋਂ ਵਾਹਿਗੁਰੂ ਜੀ ਨੇ ਜੀਵਾਂ ਨੂੰ ਸਾਜਨਾ ਕੀਤਾ ਪਿਆਰਿਓ, ਤੇ ਸਤਿਗੁਰੂ ਜੀ ਅੰਮ੍ਰਿਤ ਬਾਣੀ ਦੇ ਵਿੱਚ ਕਹਿਣ ਲੱਗੇ ਕਿ ਉਸ ਕਰਤਾਰ ਨੇ ਇਹਨਾਂ ਜੀਵਾਂ ਨੂੰ ਸਾਜਣ ਤੋਂ ਪਹਿਲਾਂ, ਜੀਵਨ ਦੇਣ ਤੋਂ ਪਹਿਲਾਂ ਇਹਨਾਂ ਦੀ ਮੌਤ ਦਾ ਸਮਾਂ, ਮੌਤ ਦਾ ਦਿਨ ਪਹਿਲੇ ਰੱਖ ਦਿੱਤਾ। ਬਚਨ ਆਪ ਜੀ ਨੇ ਸਰਵਣ ਕੀਤਾ ਨਾ, ਮਨ ਰਖਾਏ ਮੰਡਲ ਮੈਂ ਆਏ, ਅਨੇਕਾਂ ਉਦਾਹਰਨਾਂ ਨੇ। ਫਿਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਬਚਨ ਆਪਾਂ ਸਰਵਣ ਕਰਦੇ ਹਾਂ, ਜੋ ਉਪਜਿਓ ਸੋ ਮਿਲ ਸਹਿ ਪਰੋ ਆਜ ਕੇ ਕਾਰਨ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਾਰੀ ਖਲਕਤ ਦੀ ਗੱਲ ਕਰ ਦਿੱਤੀ, ਸਾਰੇ ਬ੍ਰਹਿਮੰਡ ਦੀ ਗੱਲ ਕਰ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਥੇ ਮਾਂ ਦੇ ਗਰਭ ਦੀ ਗੱਲ ਨਹੀਂ, ਇੱਥੇ ਤੇ ਜਿੰਨੇ ਹੀ ਬ੍ਰਹਿਮੰਡ ਦੇ ਵਿੱਚ ਤੁਹਾਨੂੰ ਜੀਵ ਨਜ਼ਰ ਆਉਂਦੇ ਨੇ, ਭਾਵੇਂ ਉਹ ਸੂਰਜ ਹੈ, ਭਾਵੇਂ ਉਹ ਚੰਦਰਮਾ, ਭਾਵੇਂ ਉਹ ਨਦੀਆਂ ਪਹਾੜ ਨਾਲੇ, ਸਾਰੀ ਬਨਸਪਤੀ ਇਸ ਨਿਜ਼ਮ ਦੇ ਅਧੀਨ ਆਉਂਦੀ ਜਿਹੜਾ ਕਰਤਾਰ ਦੀ ਕੁਦਰਤ ਦਾ ਨਿਜ਼ਮ ਹੈ। ਕਿਹੜਾ ਨਿਜ਼ਮ ਹੈ? ਜੋ ਦਿਲ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਇਹ ਨਿਜ਼ਮ ਹੈ ਵੀ ਜੇ ਜੋ ਉਪਜਿਓ ਸੋ ਬਿਰਸ ਹੈ, ਵੀ ਜੋ ਵੀ ਪੈਦਾ ਹੋਇਆ ਭਾਵੇਂ ਸੂਰਜ ਹੈ, ਭਾਵੇਂ ਚੰਦਰਮਾ, ਭਾਵੇਂ ਬਨਸਪਤੀ ਹੈ, ਭਾਵੇਂ ਜੀਵ ਜੰਤੂ ਪਸ਼ੂ ਪੰਛੀ। ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਜੋ ਵੀ ਪੈਦਾ ਹੋਇਆ ਭਾਈ, ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ, ਉਹਦਾ ਅੰਤ ਨਿਸ਼ਚਿਤ ਤੇ ਬਹੁਤ ਅਟਲ ਸੱਚਾਈ ਹੈ। ਪਰ ਸਤਿਗੁਰੂ ਜੀ ਕਹਿਣ ਲੱਗੇ ਧਿਆਨ ਦਿਓ, ਯਾਦ ਰੱਖਿਓ ਕਿ ਨਿਸ਼ਚਿਤ ਨਹੀਂ ਕਿ ਮੌਤ ਕਦੋਂ ਵਾਪਰ ਜਾਵੇ, ਪਰ ਉਹ ਆ ਕੇ ਕਾਲ ਸੁਚੇਤ ਹੋ ਲੈ। ਸਤਿਗੁਰੂ ਜੀ ਕਹਿੰਦੇ ਜਾਗ ਭਾਈ, ਜਾਗ ਰਹੋ ਰੇ ਬਣਾ, ਜਾਗ ਰਹੋ ਕਹਾਂ ਗਾਫਲ ਸੋਇਆ। ਉਹ ਕਹਿੰਦੇ ਭਲਿਆ ਕਿੱਧਰ ਤੋਂ ਅਗਿਆਨਤਾ ਦੀ ਨੀਂਦ, ਗਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ। ਕਹਿੰਦੇ ਮੌਤ ਜਿਹੜੀ ਵਿਆਪਣੀ ਹੈ, ਇਹਦਾ ਭਰੋਸਾ ਕੋਈ ਨਹੀਂ, ਵੀ ਤੂੰ ਇਹ ਗਰੰਟੀ ਨਹੀਂ, ਤੂੰ 80 ਸਾਲ ਦਾ ਹੋ ਕੇ ਸੰਸਾਰ ਤੋਂ ਜਾਣਾ, ਤੂੰ 90 ਸਾਲ ਦਾ ਹੋ ਕੇ ਸੰਸਾਰ ਤੋਂ ਜਾਣਾ। ਸਤਿਗੁਰੂ ਜੀ ਕਹਿੰਦੇ ਇਹਦੀ ਕੋਈ ਗਰੰਟੀ, ਇਹਦਾ ਕੋਈ ਭਰੋਸਾ ਨਹੀਂ। ਕਿਤੇ ਕਹਿੰਦੇ ਪਰੋ ਆਜ ਕੇ ਕੱਲ, ਸਤਿਗੁਰੂ ਜੀ ਕਹਿੰਦੇ ਮੌਤ ਤੇ ਅੱਜ ਜਾਂ ਕੱਲ, ਇਹਦਾ ਭਰੋਸਾ ਹੀ ਕਦੀ ਕਦੋਂ ਵਰਤ ਜਾਵੇ, ਕਦੋਂ ਇਹ ਵਰਤਾਰਾ, ਕਦੋਂ ਇਹ ਭਾਣਾ ਵਾਪਰ ਜਾਵੇ, ਇਹਦਾ ਮੇਰੀ ਪ੍ਰਤੀਤ ਕੋਈ ਨਹੀਂ, ਇਹਦਾ ਭਰੋਸਾ ਕੋਈ ਨਹੀਂ। ਜਿਹੜਾ ਸਤਿਗੁਰੂ ਜੀ ਦਾ ਬਚਨ ਆਉਂਦਾ ਹੈ ਨਾ, ਬਾਲੇ ਬੂਟੇ ਤਰਮੇ ਭਈਆ ਸਭ ਨੂੰ ਜਮ ਲੈ ਜਈਏ ਹਰ, ਇਹ ਥੋੜ੍ਹੀ ਜਿਹੀ ਵਿਚਾਰ ਇਸ ਗੱਲ ਦੀ ਆਪਾਂ ਵੀ ਮੌਤ ਦਾ ਭਾਣਾ ਕਿਵੇਂ ਵਾਪਰਦਾ, ਇਸ ਪੰਕਤੀ ਦੀ ਵਿਚਾਰ ਕਰੀਏ, ਪਰ ਜੀਵਨ ਫਲਸਫੇ ਨੂੰ ਸਮਝੀਏ, ਜੀਵਨ ਮਨੋਰਥ ਨੂੰ ਸਮਝੀਏ। ਸਤਿਗੁਰੂ ਜੀ ਨੇ ਬਚਨ ਕੇ ਬਾਰੇ ਬੂਟੇ ਤਰਨੇ ਭਈਆ ਸਭ ਨੂੰ ਜਮ ਲੈ ਜਈਆ, ਕਹਿੰਦੇ ਕਰਤਾਰ ਦੀ ਕੁਦਰਤ ਦਾ ਨਿਜ਼ਮ ਹੈ ਮੌਤ ਅਟਲ ਸਚਾਈ। ਜੀਵਨ ਹੁਕਮ ਦੇ ਅੰਦਰ ਹੈ, ਹੁਕਮ ਦੇ ਅੰਦਰ ਹੀ ਮੌਤ ਦੇ
ਤੇ ਸਤਿਗੁਰੂ ਜੀ ਕਹਿਣ ਲੱਗੇ ਪਰ ਇੱਕ ਗੱਲ ਦਾ ਧਿਆਨ ਰੱਖਿਓ, ਇੱਕ ਗੱਲ ਚੇਤੇ ਰੱਖਿਓ, ਕਹਿੰਦੇ ਜਿਹੜੀ ਮੌਤ ਹੈ ਨਾ ਉਹ ਬਚਪਨ ਵਿੱਚ ਵੀ ਆ ਸਕਦੀ ਭਾਈ, ਇਹਦਾ ਕੋਈ ਨਿਸ਼ਚਿਤ ਸਮਾਂ ਨਹੀਂ। ਬਾਰੇ ਭਾਵ ਬਚਪਨ ਦੇ ਵਿੱਚ ਬਾਰੇ ਹੂ ਤੇ ਤਰੁਣੇ ਭਈਆ, ਤਰਨੇ ਤੋਂ ਭਾਵ ਜਵਾਨ ਅਵਸਥਾ ਵਿੱਚ ਵੀ ਮੌਤ ਆ ਸਕਦੀ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਬੜੇਪਾ ਤੇ ਨਿਸ਼ਾਨੀਆਂ ਮੌਤ, ਪਰ ਕਿੱਦਾਂ ਮੌਤ, ਇਹ ਮੌਤ ਦੀ ਵਰਤਾਰਾ ਹੈ ਕੀ ਇਹ? ਤੇ ਸਤਿਗੁਰੂ ਜੀ ਕਹਿੰਦੇ ਭਲਿਆ ਤੂੰ ਭੁੱਲਿਆ ਏ, ਤੂੰ ਸੁੱਤਾ ਏ ਗਫਲਤਾਂ ਦੀ ਨੀਂਦ ਵਿੱਚ, ਕੁਝ ਹੋਸ਼ ਕਰ। ਕਹਿੰਦੇ ਦੇਖ ਜਿੱਦਾਂ ਸਤਿਗੁਰੂ ਜੀ ਦਾ ਬਚਨ ਹੈ ਨਾ, ਬਾਰੇ ਬੂਟੇ ਤਰਨੇ ਭਈਆ ਸਭ ਨੂੰ ਜਮ ਲੈ ਜਿੰਦਿਆ ਦੇ। ਸਤਿਗੁਰੂ ਜੀ ਕਹਿਣ ਲੱਗੇ ਸਾਰਿਆਂ ਨੂੰ ਜਮ ਵਿਆਪਦਾ ਇਹ ਭਾਵ ਬਹੁਤ, ਬਚਪਨ ਵਿੱਚ ਵੀ, ਜਵਾਨੀ ਵਿੱਚ ਵੀ, ਬੜੇਪੇ ਵਿੱਚ ਵੀ। ਤੇ ਕਹਿੰਦੇ ਕਿ ਵਰਤਦੀ ਕਿਵੇਂ ਆ, ਮਾਨਸ ਮੂਸਾ ਬੱਪਦਾ ਕੀਨੋ ਬੀਚ ਬਲਈਆ ਖਈ ਹਰੇ। ਦੁਨੀਆਂ ਦੇ ਉੱਤੇ, ਸੰਸਾਰ ਦੇ ਉੱਤੇ ਬਹੁਤ ਵਾਪਰਦੀ ਏ, ਵਰਤਾਰਾ ਵਰਤਦਾ ਹੈ, ਪਰ ਮਰਨ ਨੂੰ ਕਿਸੇ ਦਾ ਜੀ ਨਹੀਂ ਮਿਲਦਾ। ਪਰ ਸਤਿਗੁਰੂ ਜੀ ਕਹਿਣ ਲੱਗੇ ਦੇਖ ਭਾਈ, ਇਹ ਮੌਤ ਦਾ ਤੇ ਜੀਵਨ ਦਾ ਜਿਹੜੀ ਖੇਡ ਪਤਾ ਕੈਸੀ, ਉਸਾ ਬੱਪਦਾ ਕੀਨੋ ਬੀਚ ਬਲਈਆ ਖਈ ਹਰੇ। ਸਤਿਗੁਰੂ ਜੀ ਕਹਿੰਦੇ ਮਨੁੱਖ ਇੱਕ ਚੂਹੇ ਦੀ ਨਿਆਈ ਏ, ਤੇ ਮੌਤ ਭਾਵ ਕਾਲ ਇੱਕ ਬਿੱਲੀ ਦੀ ਨਿਆਈ ਏ, ਇੱਕ ਬਿੱਲੇ ਦੀ ਨਿਆਈ। ਹੁਣ ਆਪਾਂ ਅੱਖਾਂ ਨਾਲ ਤੱਕਦੇ ਹਾਂ, ਕੀ ਹੁੰਦਾ ਕਿ ਇੱਕ ਚੂਹੇ ਨੂੰ ਪਕੜਨ ਵਾਸਤੇ, ਆਪਣਾ ਭੋਜਨ ਬਣਾਉਣ ਦੇ ਵਾਸਤੇ ਬਿੱਲੀ ਕਿਸੇ ਇੱਕ ਅਕਾਂਤ ਦੇ ਵਿੱਚ ਸ਼ਹਿ ਲਾ ਕੇ ਬੈਠਦੀ ਏ। ਅੱਖਾਂ ਬੀਚਣ ਤੋਂ ਭਾਵ ਬੀਚ ਬਲਈਆ ਖਈਆ ਰੇ ਤੋਂ ਭਾਵ ਕਿ ਉਸ ਚੂਹੇ ਨੂੰ ਪਕੜਨ ਵਾਸਤੇ ਬਿੱਲੀ ਨੇ ਸ਼ਹਿ ਲਾਈ। ਹੁਣ ਆਪ ਹੀ ਤੱਕਦੇ ਹੋ ਕਿ ਜਿਹੜਾ ਚੂਹਾ ਏ ਉਹ ਬਿੱਲੀ ਤੋਂ ਬੇਖਬਰ ਅਨਾਜ ਦੀ ਭਾਲ ਵਿੱਚ ਕਿਤੇ ਇੱਧਰ ਨੂੰ ਜਾਂਦਾ ਹੈ, ਕਿਸੇ ਇੱਧਰਲੀ ਤਰਫ ਚਲਾ ਜਾਂਦਾ ਹੈ, ਕਿਤੇ ਦੂਜੀ ਤਰਫ ਚਲਾ ਜਾਂਦਾ, ਪਰ ਉਹ ਬਿੱਲੀ ਸ਼ਹਿ ਲਾਈ ਬੈਠੀ ਇਸ ਗੱਲ ਤੋਂ ਬੇਖਬਰ ਹੈ। ਹੁਣ ਕੀ ਹੋਇਆ, ਸਮਾਂ ਆਇਆ ਤੇ ਉਹ ਅਨਾਜ ਦੀ ਭਾਲ ਵਿੱਚ ਇੱਧਰ ਉੱਧਰ ਜਾ ਰਹੇ ਚੂਹੇ ਨੂੰ ਬਿੱਲੀ ਨੇ ਇੱਕਦਮ ਝਪਟਾ ਮਾਰਿਆ, ਉਸ ਬਿੱਲੇ ਨੇ ਇੱਕਦਮ ਝਪਟਾ ਮਾਰਿਆ ਤੇ ਉਹ ਅਨਾਜ ਦੀ ਭਾਲ ਕਰ ਰਿਹਾ ਚੂਹਾ ਉਸ ਬਿੱਲੀ ਦਾ ਭੋਜਨ ਬਣ ਗਿਆ, ਇੱਕਦਮ ਬਿੱਲੀ ਨੇ ਝਪਟਾ ਮਾਰ ਦਿੱਤਾ। ਮਾਨਸ ਮੂਸਾ ਬੱਪਲਾ ਕੀਨੋ ਬੀਚ ਬਲਈਆ ਖਈਆ, ਬਿੱਲੀ ਸ਼ਹਿ ਲਾ ਕੇ ਬੈਠੀ ਅਨਾਜ ਦੀ ਭਾਲ ਵਿੱਚ ਦੌੜ ਭੱਜ ਕਰ ਰਹੇ ਚੂਹੇ ਨੂੰ ਇੱਕਦਮ ਝਪਟਾ ਮਾਰਿਆ ਤੇ ਉਹ ਉਸ ਬਿੱਲੀ ਦਾ ਭੋਜਨ ਬਣ ਗਿਆ। ਇਹਨਾਂ ਵਿੱਚ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਸਹਿਬ ਜੀ ਸਾਨੂੰ ਸਮਝਾਉਂਦੇ ਕਹਿੰਦੇ ਪਿਆਰਿਆ, ਇਹ ਮੌਤ ਦਾ ਤੇ ਜੀਵ ਦਾ ਖੇਡ ਹੈ ਜਿਹੜਾ ਇਹਦਾ ਹੀ ਹੈ। ਕਹਿੰਦੇ ਮਨੁੱਖ ਦੇ ਚੂਹੇ ਦੀ ਨਿਆਈ ਹੈ ਤੇ ਮੌਤ ਕਹਿੰਦੇ ਬਿੱਲਾ, ਕਾਲ ਰੂਪੀ ਬਿੱਲਾ ਹਰ ਵਕਤ ਸ਼ਹਿ ਲਾਈ ਬੈਠੇ। ਤੇ ਯਾਦ ਰੱਖਿਓ ਕਹਿੰਦੇ ਇਹ ਜੀਵ ਰੂਪੀ ਚੂਹਾ ਆਪਣੇ ਜੀਵਨ ਵਿੱਚ ਪਦਾਰਥਾਂ ਦੀ ਪ੍ਰਾਪਤੀ ਲਈ, ਸਤਿਗੁਰੂ ਜੀ ਕਹਿਣ ਲੱਗੇ ਕਿਤੇ ਕੋਈ ਕਰਮ ਕਮਾਉਂਦਾ ਹੈ, ਕਦੇ ਕੋਈ ਕਰਮ ਕਮਾਉਂਦਾ, ਪਰ ਉਹ ਕਾਲ ਰੂਪੀ ਬਿੱਲੇ ਤੋਂ ਬੇਖਬਰ ਹੈ। ਪਰ ਜਦੋਂ ਉਸ ਕਰਤੇ ਦਾ ਹੁਕਮ ਆ ਜਾਵੇ, ਇਸ ਕਰਮ ਕਮਾਉਂਦੇ ਹੋਏ ਮਨੁੱਖ ਰੂਪੀ ਚੂਹੇ ਤੇ ਉਹ ਕਾਲ ਰੂਪੀ ਬਿੱਲੇ ਦਾ ਐਸਾ ਝਪਟਾ ਵੱਜਦਾ ਹੈ। ਮੈਂ ਪਹਿਲੇ ਬਚਨ ਕਿਹਾ ਸੀ, ਸੰਸਾਰ ਤੋਂ ਡਰਦੇ ਕਿਸੇ ਦਾ ਮਰਨ ਨੂੰ ਜੀ ਕਰਦਾ ਹੈ, ਤੇ ਜੇ ਕੋਈ ਇਹੋ ਜਿਹੀ ਸਮਾਂ ਬਣ ਆਵੇ ਜੀਵਨ ਦੇ ਵਿੱਚ ਤੇ ਅਸੀਂ ਬੜਾ ਜ਼ੋਰ ਲਾਉਂਦੇ ਹਾਂ, ਬੜੇ ਡਾਕਟਰਾਂ ਨੂੰ ਡਾਕਟਰਾਂ ਦੇ ਕੋਲ ਅਸੀਂ ਜਾ ਕਰਕੇ ਇਲਾਜ ਕਰਵਾਉਣੇ, ਬੜੇ ਮਹਿੰਗੇ ਮਹਿੰਗੇ ਇਲਾਜ ਮਨੁੱਖ ਯਤਨ ਕਰਦਾ ਹੈ, ਪਰ ਸੱਚ ਜਾਣਿਓ ਜਦੋਂ ਕਾਲ ਰੂਪੀ ਬਿੱਲੇ ਦਾ ਝਪਟਾ ਵੱਜ ਜਾਵੇ, ਉਦੋਂ ਇਸ ਸੰਸਾਰ ਦੇ ਉੱਤੇ ਗੁਰੂ ਕੇ ਪਿਆਰਿਓ ਰੱਖਣ ਵਾਲਾ ਕੋਈ ਨਹੀਂ। ਆਪਾਂ ਅੱਖਾਂ ਨਾਲ ਤੱਕੀਏ, ਜਿਹੜਾ ਬਿੱਲੀ ਚੂਹੇ ਨੂੰ ਝਪਟਾ ਮਾਰਦੀ ਹੈ ਨਾ, ਕਿਤੇ ਕੁਝ ਪਰਸੈਂਟ ਚਾਂਸ ਹੋ ਸਕਦਾ ਕਿ ਚੂਹਾ ਬਿੱਲੀ ਦੀ ਝਪਟ ਤੋਂ ਬਚ ਜਾਵੇ, ਪਰ ਜਿਹੜਾ ਕਾਲ ਰੂਪੀ ਬਿੱਲੇ ਦਾ ਝਪਟਾ ਮਨੁੱਖ ਨੂੰ ਵੱਜਦਾ ਹੈ, ਇਸ ਝਪਟੇ ਤੋਂ ਕੋਈ ਨਹੀਂ ਬਚ ਸਕਦਾ ਪਿਆ, ਕਿਉਂਕਿ ਉਸ ਕਰਤੇ ਦੇ ਹੁਕਮ ਦੇ ਅੰਦਰ ਉਹ ਕਾਲ ਵਿਆਪ ਜਾਂਦਾ। ਤੇ ਸਾਧੂ ਜੀ ਕਹਿਣ ਲੱਗੇ, ਇਸ ਕਰਕੇ ਇਹ ਭਾਰਤ ਦੇ ਹਰ ਇੱਕ ਤੇ ਵਾਪਰਦਾ। ਦੇਖ ਪਿਆਰਿਆ, ਜੇ ਤੈਨੂੰ ਪ੍ਰਤੀਕ ਨਹੀਂ ਨਾ ਬਣਦੀ ਤੇ ਗੁਰੂ ਦੇ ਬਚਨ ਨੇ ਕਹਿੰਦੇ ਰਾਮ ਕਹਿਓ ਤੂੰ
ਉੱਤੇ ਤੇਰੀ ਤੇ ਗੱਲ ਕਿਹੜੀ? ਕਹਿੰਦੇ ਇਥੋਂ ਤੇ ਰਾਮ ਗਇਓ ਰਾਵਣ ਗਇਓ ਜਾਪੋ ਬਹੁ ਪਰਵਾਰ। ਉਹ ਕਹਿੰਦੇ ਭਲਿਆ ਇੱਥੇ ਤੇ ਭਗਵਾਨ ਦਾ ਰੂਪ ਰਾਮ ਚੰਦਰ ਵੀ ਸੰਸਾਰ ਤੇ ਆਇਆ, ਉਹਨੂੰ ਵੀ ਇਸ ਸੰਸਾਰ ਤੋਂ ਕਰਤੇ ਦੇ ਹੁਕਮ ਅੰਦਰ ਜਾਣਾ ਪਿਆ। ਇੱਥੇ ਤੇ ਰਾਵਣ ਐਡਾ ਸੰਸਾਰ ਦੇ ਉੱਤੇ ਬਲੀ ਤੇ ਜ਼ੋਨਾ ਸੂਰਮਾ ਆਇਆ, ਉਸ ਰਾਵਣ ਨੂੰ ਵੀ ਇਸ ਸੰਸਾਰ ਤੋਂ ਜਾਣਾ ਪਿਆ। ਉਹ ਭਲਿਆ ਇਸ ਸੰਸਾਰ ਦੇ ਰਹਿ ਕੋਈ ਨਹੀਂ ਸਕਦਾ। ਤੇ ਸਾਹਿਬ ਜੀ ਨੇ ਅਗਲੀਆਂ ਪੰਕਤੀਆਂ ਵਿੱਚ ਸਮਝਾਇਆ, ਕਹਿੰਦੇ ਯਾਦ ਰੱਖੀ ਇਸ ਸੰਸਾਰ ਤੋਂ ਸਾਰਿਆਂ ਨੇ ਜਾਣਾ ਹੈ। ਤੇ ਜੋ ਅਗਲੇ ਬਚਨ ਕਹੇ ਨਾ ਸਤਿਗੁਰੂ ਜੀ ਨੇ, ਚਿੰਤਾ ਤਾਂ ਕੀ ਕੀਤੀ ਹੈ ਜੋ ਅਨੁਭਵ ਨਹੀਂ ਹੋਏ। ਸਤਿਗੁਰੂ ਜੀ ਕਹਿਣ ਲੱਗੇ ਦੇਖ ਕੇ ਪਾਉ ਉੱਤੀ ਵਰਤਾਰਾ ਤੇ ਹਰ ਇੱਕ ਦੇ ਨਾਲ ਵਾਪਰਦਾ ਪਿਆ ਹੈ। ਇੱਥੇ ਹਰ ਘਰ ਦੇ ਵਿੱਚ ਭਾਣਾ ਵਾਪਰਦਾ ਪਿਆ ਹੈ। ਪਰ ਪਿਆਰਿਆ, ਜੇ ਇਹ ਭਾਣਾ ਅੱਜ ਤੇਰੇ ਘਰੇ ਵਾਪਰਿਆ ਹੈ, ਯਾਦ ਰੱਖੀ ਕਰਤੇ ਦੇ ਭਾਣੇ ਨੂੰ ਸੰਤ ਕਰਕੇ ਬਣ ਲਈ। ਇੱਥੇ ਜ਼ਰੂਰ ਹੈ ਕਿਸੇ ਸੁਨੇਹੀ ਦੇ ਜਾਣ ਤੇ ਹਿਰਦੇ ਦੇ ਅੰਦਰ ਪੀੜ ਬਣਦੀ ਹੈ, ਕਿਸੇ ਪਿਆਰੇ ਦੇ ਚਲੇ ਜਾਣ ਤੇ ਅੱਖਾਂ ਦੇ ਵਿੱਚੋਂ ਵਿਰਾਗ ਦੇ ਨੇਤਰਾਂ ਦੇ ਵਿੱਚੋਂ ਵਿਰਾਗ ਦੇ ਅੰਜੂ ਦੇ ਵਹਿਣੇ ਲਾਜ਼ਮੀ ਨੇ। ਪਰ ਪਿਆਰਿਆ, ਕਦੇ ਭੁੱਲ ਕੇ ਵੀ ਕਰਦੇ ਨੂੰ ਉਲਾਂਭਾ ਨਾ ਦੇਈ। ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਪਿਆਰੇ ਦੇ ਵਿਯੋਗ ਵਿੱਚ ਨੇਤਰਾਂ ਵਿੱਚੋਂ ਵਿਰਾਗ ਦੇ ਹੰਝੂ ਤੇ ਵਹਿ ਤੁਰਨੇ ਸੁਭਾਵਕ ਨੇ, ਪਰ ਕਰਤੇ ਨੂੰ ਉਲਾਂਭਾ ਦੇਣਾ ਸਹੀ ਨਹੀਂ। ਕਿਉਂਕਿ ਸਤਿਗੁਰੂ ਜੀ ਕਹਿਣ ਲੱਗੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਣਹੋਣ ਦੇ ਉੱਤੇ ਕਿਸੇ ਨਾਲ ਜਿਹੜੀ ਬੁਰੀ ਘਟਨਾ ਵਾਪਰੀ ਨਾ ਹੋਵੇ ਤੇ ਸਾਡੇ ਇਕੱਲਿਆਂ ਨਾਲ ਉਹ ਘਟਨਾ ਵਾਪਰ ਜਾਵੇ। ਅਣਹੋਣੀ ਨਾਮ ਪਤਾ ਕਿਹਦਾ? ਅਣਹੋਣੀ ਜਿਹੜੇ ਕਦੇ ਹੋਈ ਨਾ ਹੋਵੇ, ਅਣਹੋਣੀ ਜਿਹੜੀ ਕਦੇ ਵਾਪਰੀ ਨਾ ਹੋਵੇ। ਤੇ ਸਤਿਗੁਰੂ ਜੀ ਕਹਿਣ ਲੱਗੇ ਉਹ ਭਲਿਆ ਉਲਾਂਭਾ ਤੇ ਉਸ ਗੱਲ ਦਾ ਦੇਣਾ ਬਣਦਾ। ਇਸ ਕਰਕੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਣਹੋਣੀ ਹੋਏ। ਕਹਿੰਦੇ ਇਹਦੇ ਸਾਰਿਆਂ ਦੇ ਨਾਲ ਭਾਣਾ ਵਾਪਰਦਾ ਪਿਆ ਏ, ਇਹੋ ਮਾਰਗ ਸੰਸਾਰ ਕੋ ਨਾਨਕ। ਇਹਦੇ ਸੰਸਾਰ ਦੀ ਜੀਤ ਏ। ਇੱਥੇ ਤੇ ਸਤਿਗੁਰੂ ਜੀ ਕਹਿਣ ਲੱਗੇ ਕਈ ਜਨਮ ਪ੍ਰਾਪਤ ਕਰ ਰਹੇ ਨੇ ਤੇ ਕਈ ਸੰਸਾਰ ਤੋਂ ਚਲੇ ਜਾ ਰਹੇ ਨੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ। ਇਸ ਕਰਕੇ ਇਹ ਭਾਣੇ ਨੂੰ ਸਤਿਗੁਰੂ ਜੀ ਕਹਿਣ ਲੱਗੇ, ਫਰੀਦਾ ਕਿੱਥੇ ਤੈਨੇ ਵਾਪਰਿਆ, ਜਿੰਨੀ ਤੂੰ ਜਨਿਓ ਹੈ ਤੈ ਪਾਸੋਂ ਕੋਈ ਲੰਘ ਗਏ, ਇਸ ਨੂੰ ਅਜੇ ਨਾ ਪ੍ਰਤੀਨਿਓ ਹੈ। ਉਹ ਭਲਿਆ ਇਹਨਾਂ ਨੇਤਰਾਂ ਦੇ ਨਾਲ ਤੱਕਦਿਆਂ ਤੱਕਦਿਆਂ ਦੁਨੀਆਂ ਦੇ ਉੱਤੋਂ ਤੇਰਾ ਮਾਂ ਪਿਓ ਚਲਿਆ ਗਿਆ, ਇਹਨਾਂ ਨੇਤਰਾਂ ਦੇ ਨਾਲ ਤੱਕਦਿਆਂ ਤੱਕਦਿਆਂ ਤੇਰੇ ਭੈਣ ਭਰਾ ਰਿਸ਼ਤੇਦਾਰ ਦੁਨੀਆਂ ਦੇ ਨਹੀਂ ਕੀਤਾ। ਕਾਹਨੇ ਭਗਤ ਰਵਿਦਾਸ ਜੀ ਨੇ ਇਹ ਬਚਨ ਕਹੇ, ਭਾਈ ਸੰਗ ਚਲਤ ਹੈ ਹਮ ਵੀ ਚਲਣਾ ਕਿਵੇਂ, ਉਹ ਚਲੇ ਗਏ ਤੇ ਪਿਆਰਿਆਂ ਜਾਣਾ ਤੈਨੂੰ ਵੀ ਪੈਣਾ, ਇਸ ਕਰਕੇ ਕਿਆ ਤੂੰ ਸੋਇਆ, ਜਾਗ ਧਿਆਨਾ ਕਹਿ ਜੀਵਨ ਜਗ ਸੱਚ ਕਰ ਜਾਣਾ। ਭਲਿਆ ਇਸ ਸੰਸਾਰ ਨੂੰ ਸੱਚ ਮੰਨ ਕੇ ਬੈਠੇ, ਜਾਗਣਾ ਕਰ ਇਸ ਸੰਸਾਰ ਦੇ ਝੂਠ ਹੈ, ਝੂਠ ਤੋਂ ਭਾਵ ਹਰ ਇੱਕ ਸੰਸਾਰ ਦੇ ਉੱਤੇ ਵਸਤੂ ਫੜਾ ਵਾਲੀ ਹੈ। ਤੇ ਤੂੰ ਹੋਸ਼ ਕਰ ਆਪਣੇ ਜੀਵਨ ਦੇ ਮਨੋਰਥ ਨੂੰ, ਆਪਣੇ ਜੀਵਨ ਦੇ ਸਾਰ ਨੂੰ ਸਮਝਣ ਦਾ ਯਤਨ ਕਰ। ਗੁਰੂ ਦੇ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਬਾਣੀ ਦੇ ਬੋਲਾਂ ਰਾਹੀਂ ਸਾਨੂੰ ਸਾਡੇ ਜੀਵਨ ਦਾ ਸਾਰ ਬੜੇ ਐਸੇ ਮੇਰੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਦੇ ਬੋਲ ਨੇ, ਜਿਨ੍ਹਾਂ ਅੰਦਰ ਸਤਿਗੁਰੂ ਜੀ ਨੇ ਸਾਨੂੰ ਸਾਡੇ ਜੀਵਨ ਦਾ ਬਚਨ ਕਹੇ। ਕਹਿੰਦੇ ਦੁਰਲੱਭ ਤਾਂ ਭਈ ਪ੍ਰਾਪਤ ਮਾਨੁਖ ਦੇ ਵਧੀਆ ਗੋਬਿੰਦ ਮਿਲ ਲੰਗੀ, ਇਹ ਤੇਰੀ ਬਲੀਆ। ਕਹਿੰਦੇ ਮਨੁੱਖਾਂ ਜਨਮ ਦੁਰਲੱਭ ਤਾਂ ਏ, ਸਤਿਗੁਰੂ ਜੀ ਕਹਿਣ ਲੱਗੇ ਕਿ ਮਨੁੱਖਾਂ ਜਨਮ ਇਹ ਮਨੁੱਖਾਂ ਦੇ ਹੀ ਦੁਰਲੱਭ ਤਾਂ ਏ, ਕਿਉਂਕਿ ਇਸ ਮਨੁੱਖਾਂ ਜਨਮ ਦੇ ਵਿੱਚ ਅਸੀਂ ਉਸ ਸਾਨੂੰ ਸਾਜਣ ਵਾਲੇ ਕਰਤੇ, ਸਾਨੂੰ ਪੈਦਾ ਕਰਨ ਵਾਲੇ ਕਰਤਾਰ ਨੂੰ ਮਿਲ ਸਕਦੇ ਹਾਂ। ਗੋਬਿੰਦ ਮਿਲ ਲੰਗੀ, ਇਹ ਤੇਰੀ ਬਲੀਆ। ਉਸ ਪਰਮਾਤਮਾ ਨੂੰ ਮਿਲਣ ਦਾ ਇਹ ਮੌਕਾ ਪ੍ਰਾਪਤ ਹੋਇਆ, ਉਸ ਕਰਤੇ ਨੂੰ ਮਿਲਣ ਦਾ ਇਹ ਅਵਸਰ ਪ੍ਰਾਪਤ ਹੋਇਆ। ਤੇ ਸਤਿਗੁਰੂ ਜੀ ਕਹਿਣ ਲੱਗੇ ਚੇਤੇ ਰੱਖੀ, ਅਮਰ ਕਾਲ ਤੇਰਾ ਕਿਤੇ ਨਾ ਕਾਮ, ਮੇਰਾ ਸਾਧ ਸੰਗਤ ਭਜ
ਕੇਵਲ ਨਾਮ ਪਿਆਰਿਆ ਜੀਵਨ ਦੇ ਵਿੱਚ ਕੇਵਲ ਤੂੰ ਆਪਣੇ ਜੀਵਨ ਦਾ ਮਨੋਰਥ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ। ਮਰਨਾ ਖਾਣ ਨੂੰ ਪੀਣ ਨੂੰ ਪਦਾਰਥ ਇਕੱਤਰ ਕਰਦਾ ਹੈ ਸਹਿਜ ਖੱਟੇ ਲੱਖ ਤੋਂ ਉੱਠ ਧਾਵੇ। ਸਤਿਗੁਰੂ ਜੀ ਕਹਿਣ ਲੱਗੇ ਤੂੰ ਧਨ ਦੇ ਪਦਾਰਥ ਇਕੱਤਰ ਕਰਕੇ ਸਾਂਭ ਲਿਆ ਪਰ ਵਰਤਿਆ ਤੱਕ ਨਹੀਂ। ਏਦਾਂ ਦਾ ਜੀਵਨ ਤੇਰਾ ਉਹ ਭਲਿਆ ਚੇਤੇ ਰੱਖੀ ਕਿ ਧਨ ਇਹ ਪਦਾਰਥ ਇਹ ਤੇਰੇ ਜਿਹੜੇ ਧੰਦੇ ਨੇ ਇਹ ਕਿਸੇ ਕੰਮ ਨਹੀਂ ਆਉਣੇ। ਇਸ ਕਰਕੇ ਫਿਰ ਸਾਧ ਸੰਗਤ ਭਜ ਕੇਵਲ ਨਾਮ ਭਲਿਆ ਗੁਰੂ ਦੀ ਸ਼ਕਤ ਕਰਕੇ ਪ੍ਰਮਾਤਮਾ ਦਾ ਸਿਮਰਨ ਵੀ ਕਰਿਆ। ਬਿਨਾਂ ਸੁੱਖ ਨਹੀਂ ਤਾਤੇ ਦੀ ਯਾਦ ਤੋਂ ਬਿਨਾਂ ਸੁੱਖ ਨਹੀਂ। ਇਸ ਕਰਕੇ ਤੇਰੇ ਜੀਵਨ ਦਾ ਮਨੋਰਥ ਕਰਤਾਰ ਦਾ ਸਿਮਰਨ ਹੈ। ਮੇਰੇ ਮਾਲਕ ਦੇ ਗੁਣ ਗਾਉਣੇ ਤੇਰੇ ਜੀਵਨ ਦਾ ਸਤਿਗੁਰੂ ਜੀ ਕਹਿਣ ਲੱਗੇ ਮਨੋਰਥ ਹੈ। ਸ੍ਰੇਸ਼ਟ ਕਰਮ ਕਮਾਉਣੇ ਤੇਰੇ ਜੀਵਨ ਦਾ ਮਨੋਰਥ ਹੈ। ਇਸ ਕਰਕੇ ਗੁਰੂ ਦੇ ਨਾਲ ਬਹਿਲ ਮਨ ਗੁਰਮਿਲ ਕਾਰ ਸਵਾਰੇ ਪਹਿਲੇ ਸੁਚੇਤ ਕੀਤਾ ਔਲ ਘਟੈ ਦਿਨਸ ਰਹਿ ਨਾਰੇ ਉਹ ਭਲਿਆ ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਜਾਂਦੀ ਹੈ। ਕੁਝ ਹੋਸ਼ ਕਰ ਮਨ ਗੁਰਮਿਲ ਕਾਰ ਸਵਾਰੇ ਉਹ ਮਨਾ ਗੁਰੂ ਦੇ ਨਾਲ ਮਿਲ ਕੇ ਆਪਣੇ ਜੀਵਨ ਨੂੰ ਸੁਚੱਜਾ ਬਣਾ ਲੈ। ਗੁਰੂ ਨਾਲ ਮਿਲ ਕੇ ਆਪਣੇ ਜੀਵਨ ਨੂੰ ਜਿਉਣ ਦੀ ਜਾਂਚ ਸਿੱਖ ਲੈ। ਨਹੀਂ ਤੇ ਸਤਿਗੁਰੂ ਜੀ ਕਹਿਣ ਲੱਗੇ ਜਿੰਨਾ ਚਿਰ ਗੁਰੂ ਦਾ ਗਿਆਨ ਤੇਰੇ ਜੀਵਨ ਵਿੱਚ ਨਾ ਆਇਆ ਗੁਰੂ ਦੇ ਗਿਆਨ ਤੋਂ ਬਿਨਾਂ ਤੇਰੇ ਜੀਵਨ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਰਹੇਗਾ ਤੇ ਅਗਿਆਨਤਾ ਦੇ ਹਨੇਰੇ ਵਿੱਚ ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਜੀਵਨ ਦੀ ਸਮਝ ਕੋਈ ਨਹੀਂ ਆਉਣੀ। ਉਸ ਅਗਿਆਨਤਾ ਦੇ ਹਨੇਰੇ ਵਿੱਚ ਸੁੱਧਾ ਹੋਇਆ ਤੇ ਸਤਿਗੁਰੂ ਜੀ ਕਹਿਣ ਲੱਗੇ ਤੂੰ ਮਨਮੁਖ ਤਾਈਆਂ ਵਾਲੇ ਕਰਮ ਕਰਕੇ ਕਰਤੇ ਤੋਂ ਦੂਰ ਹੁੰਦਾ ਜਾਵੇਗਾ। ਇਸ ਕਰਕੇ ਮਨ ਗੁਰਮਿਲਸਕਾਰ ਸਵਾਰੇ ਉਹ ਬਣਾ ਜੀਵਨ ਨੂੰ ਸਫਲ ਕਿਵੇਂ ਕਰਨਾ ਜੀਵਨ ਜਿਉਣਾ ਕਿੱਦਾਂ ਹੈ ਜੀਵਨ ਵਿੱਚ ਕੈਸੇ ਕਰਮ ਕਮਾਉਣੇ ਨੇ ਇਹ ਮੇਰੇ ਗੁਰੂ ਨਾਲ ਮਿਲ ਕੇ ਤੂੰ ਸਿੱਖ ਲੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਅੰਦਰ ਦੇ ਔਗੜਾਂ ਨੂੰ ਕੱਟ ਕੇ ਸਾਡੇ ਅੰਦਰ ਗੁਣਾਂ ਦਾ ਪ੍ਰਕਾਸ਼ ਕਰ ਦਿੰਦੇ। ਮੇਰਾ ਸਤਿਗੁਰੂ ਸਾਨੂੰ ਨਾਮ ਦ੍ਰਿੜ ਕਰਵਾਉਂਦਾ ਹੈ। ਇਸ ਕਰਕੇ ਜਿੱਦਾਂ ਹੁਣ ਜੀਵਨ ਦਾ ਮਨੋਰਥ ਹੈ ਕਰਤੇ ਦਾ ਸਿਮਰਨ ਕਰਤੇ ਦੀ ਬੰਦਗੀ ਉਸ ਪ੍ਰਮਾਤਮਾ ਪਰਮੇਸ਼ਰ ਦਾ ਮਿਲਾਪ ਸਾਡੇ ਜੀਵਨ ਦਾ ਮਨੋਰਥ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਤੂੰ ਕਰਤਾਰ ਨੂੰ ਮਿਲਣ ਦਾ ਚੱਜ ਸਿੱਖ ਲੈ ਉਸ ਕਰਤਾਰ ਦੇ ਮਿਲਾਪ ਦਾ ਢੰਗ ਉਹ ਰਸਤਾ ਪ੍ਰਾਪਤ ਕਰ ਲੈ। ਕਿਉਂਕਿ ਸਤਿਗੁਰੂ ਤੇ ਪੁਕਾਰ ਪੁਕਾਰ ਕੇ ਕਹਿੰਦੇ ਨੇ ਪੈਰੀਆਂ ਦੇ ਸਲਾਈਆਂ ਲੈਣੀ ਭਾਵ ਕਾ ਕਰ ਸ਼ਿੰਗਾਰ ਕਹਿੰਦੇ ਜੇ ਤੂੰ ਕਰਤੇ ਨੂੰ ਮਿਲਣਾ ਚਾਹੁੰਦਾ ਜੇ ਭਾਵ ਸਤਨਾਮ ਪੈਰੀਆਂ ਦੇ ਸਲਾਈਆਂ ਨੈਣੀ ਭਾਵ ਅਰਥ ਕਾਫੀ ਡੂੰਘੇ ਨੇ ਸਿੱਧੇ ਸਪਸ਼ਟ ਸਰਲ ਅਰਥ ਜੇ ਤੂੰ ਰੱਬ ਨੂੰ ਭਾਉਣਾ ਚਾਹੁੰਦਾ ਜੇ ਤੂੰ ਚਾਹੁੰਦਾ। ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਪੈਰੀਆਂ ਦੇ ਸਲਾਈਆਂ ਨੈਣੀ ਕਰਤਾਰ ਦੇ ਡਰ ਰੂਪੀ ਸੁਰਮੇ ਦੀਆਂ ਸਲਾਈਆਂ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਪਾ ਆਪਣੇ ਮਨ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਪਾ ਯਾਦ ਰੱਖੀ ਜਿਸ ਵੇਲੇ ਤੇਰੇ ਅੰਦਰ ਕਰਤਾਰ ਫਿਰ ਰਾਜ ਸਾਹਿਬ ਦੀਆਂ ਛੇ ਫੋਟੋਆਂ ਦਾ ਅਰਦਾਸ ਵੇਖੀ ਸਾਰੀ ਸੰਗਤ ਕਰਿਓ ਕਿਰਪਾ ਨਾ
ਤਾਂ ਸਿੱਧਾ ਮੰਨਣਾ ਹੋਵੇ ਇਸ ਸੰਸਾਰ ਦੇ ਉੱਤੋਂ ਘਾਤ ਸਮਝਾਉਂਦੇ ਕਹਿੰਦੇ ਜੇਕਰ ਸਾਹਿਬ ਬਣੋ ਨਾ ਵਿਸਰ ਹੈ ਤਾਂ ਸਿੱਧਾ ਬੰਦਾ ਹੋਏ ਜੇ ਸਾਹਿਬ ਬੋਲਾ ਗਿਆ ਜਾ ਕੇ ਪ੍ਰਭਾ ਕੀ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
श्री भगौती जी सहिवार श्री भगौती जी की पातशाही दसवीं प्रथम भगौती सिमर कै गुरु नानक लई ध्याए फिर अंगद गुरती अमरदास रामदास होए सहाय अर्जन हर गोबिंद एक बहादुर सिमरिया कर नौ नित आवे ताए सब थाई होए सहाय दसवीं पातशाह साहिब श्री गुरु गोबिंद सिंह साहिब जी सब थाई होए सहाय दसा पातशाही अति जो तत् स्वरूप जाहरा दूर सर्व कला प्रभुर प्रगट गुरु की बाणी के पवित्र नाम दे जहाज आदि श्री गुरु ग्रंथ साहब दसम दरबार सर्व नो दरबार जी के पवित्र पावन दर्शन दर का ध्यान करके बोलना जी पंजा प्यारिया चो साहबजादिया चाली मुक्तिया हटिया जपिया तपिया जिन्हें नाम जपिया जी वट छकिया देव चलाई देव बाई देव व्याकरण किया तिना प्यारे सचारा समूह भगत माझा बीबिया पछकिया दी पवित्र पावन कमाई का ध्यान करके बोलना जी सत श्री अकाल पुरख जी का ध्यान करके बोलना जी श्री ननकाणा साहिब तो लै करके अमचल नगर श्री हजूर साहब तक सरबत गुरुद्वार गुरधामा तीर्थां सरोवर झंडिया मोंगिया निशानों साहब बौली साहब सिंह तो तक चार तक पंजना तक चलते वीर शर में करोड़ी बुढ़े दाते पवित्र पावन कमाई का ध्यान करके बोलना जी वाहिगुरु तेरे सिखा नु सिखी दान केस दान रहित दान विवेक दान साहु दान भरोसा दान दाना सिर दान नाम दान विद्या दान श्री अमृतसर साहब जी के दर्शन जनार चौंकिया झंडे पुगे युग युग अटल धर्म का जयकार सत संत बोलना जी वाहिगुरु 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 नाम चिंता वै जी चित तन का सदका सर्व सुख वै जहां जहां खालसा जी साहिब संसार प्रभाग की यात्रा करते हुए अपने पंच भूतक शरीर को त्याग आप जी के चरणों के विराजमान हुए सन संत सतगुरु जी और समूह गुरमी परिवार ने उन्होंने अंतरम अरदास आप जी के चरणों के धन गुरु कलगी पातशाह जी आप जी ने हजूरी रागी जथे ने जो सेवा की है कथा वार्तावान की है सचे पातशाह जी उन्होंने फिर सारी ही सेवा का महत्वदार सचे पातशाह जी और ग्रह परिवार के श्री सहज पाठी जो सेवा हुई है बाणी का महत्व कीर्तन का महत्व सेवा संघ का महत्व जुड़ी रूह आत्मा बरता उस तो उपरंत सतगुरु जी समूह परिवार वालों गुरु घर खजाने वास्ते कड़ा प्रशादियों देगा वास्ते व्यंत व्यंत रहता बसदा पाया हल हुई है आप जी ने चरणों के और हरेक तरी अमृत वेल तो लैके गुरसंगता वास्ते गुरु घर के लंगर सजाए हुए सतगुरु जी सारी ही कीती हुई सेवा दरगाह के प्रवानता की सतधर्म रह के जाए और पिछड़े रूह का मुख उजला करना डिगे कटिया जोड़ा तो मुक्त करना आवागमन के चक्कर तो मुक्त करना जन्म भर के गेड़ तो रहित करना सतगुरु जी पिछे सारे ही गुरमी परिवार के सिरते बच्चों के सिरते और रिश्तेदार के सिरते बच्चों के सिरते मेर परे हाथ रखना और पहाड़े के रहने की समर्था बख्श करने सतगुरु जी समूह परिवार वालों सतगुरु जी इस वेले आप जी को बहुत ही सुंदर पछाके पराए गए जी आप अगली गल करो सेवका के परते लोग पर लोग कचड़े सतगुरु जी अग संग सहाई होना आप जी के हुक्म अनुसार सतगुरु जी इस वेले समूह परिवार वालों जितनी भी सेवा आपके चरणों के हाजिर हुई है सतगुरु जी आप जी ने लेखे लौड़ी और की हुई सेवका की सेवा होर अनेक तरह देवावान आप जी के चरणों के जो बहुत हाजिर हो जा रहे सो आप जी ने प्रमाण कर दिया अग संग सहाई होना सतगुरु जी और माता जी का मुख उजला करना डिगे डठिया जोड़ा तो बहुत करके सतगुरु जी जीव को आपके चरणों के सदीवी तौर पर निवास बख्श करना जगह सावधानी असी कलयुगी जीव है संसार के विचरद जाने परजाने कई तरह दलतियां त्रुटियां रह जाए सतगुरु जी साढ़े औगड़ा को चेतावनिया हो सतगुरु जी आप जी ने कृपा करके बीबी नसीब कौर जी को आपके चरणों में जगह दे के सतगुरु जी चरण मर के गेट तो रहित करना सतगुरु जी अग संग सहाई होना पिछले परिवार के सिरते मेल पर्यंत रखना परिवार के सुख शांति में प्रवेश कर दे दुख कलेसा पापा बिघना के नाश कर दे जी इस वे जितनी भी
ਸੰਗਤ ਆਈ ਤੇ ਪਰਪੇਡਾ ਹਾਜ਼ਰ ਹੈ ਜੀ। ਜੋ ਸੰਗਤ ਆਈ ਸਰਬ ਸੰਗਤ ਨੇ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੋ। ਸ਼ਰਨ ਦੇ ਵਿੱਚ ਆ ਜਾਓ ਜਾਂ ਸੰਗਤਾਂ ਨੂੰ ਇਤਿਆਦਾਂ ਦੇ ਨਾਲ ਜੁੜੀ ਰੱਖਣਾ ਗੁਰੂ ਸਿੰਘ ਜੀ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀਓ। ਮਾਤਾ ਰਸੀਦ ਕੌਰ ਦੇ ਅੰਤਮ ਭੋਗ ਕੀਰਤਨ ਦੀ ਅਰਦਾਸ, ਅਨੰਦ ਸਾਹਿਬ ਜੀ ਦੀ ਅਰਦਾਸ, ਪਵਿੱਤਰ ਪਾਵਨ ਦੀਨਾ ਸਦਕੇ ਹਾਜ਼ਰ ਜੀ ਕਰੀ ਪਾਤਸ਼ਾਹ ਸੋਈ ਪਵਿੱਤਰਾਂ ਨੂੰ ਲਾਭ ਹੋ ਭੋਗ ਰਹੇ ਭੋਗ ਲੱਗਿਆ ਪ੍ਰਸ਼ਾਦ ਪਵਿੱਤਰ ਪਾਵਨ ਕਰੋ। ਸੰਗਤਾਂ ਦੇ ਰਸਰੀ ਲੈ ਕਰੋ ਜੋ ਚੰਗੇ ਸਵਾਹ ਸਵਾਹ ਸਦਾਮ ਜਪੇ ਜੀ। ਸ਼ਰਨ ਦੇ ਵਿੱਚ ਆ ਜਾਓ ਜਾਂ ਸੰਗਤਾਂ ਨੂੰ ਲਾਹੀ ਹੁਕਮ ਬਖਸ਼ੋ, ਹੁਕਮ ਦੇ ਚੱਲਣ ਦੀ ਸਮਰੱਥਾ ਬਖਸ਼ ਕਰੋ। ਜੋ ਜੀ ਆਪ ਜੀ ਦੇ ਦਰ ਪਰਮ ਸੁਰਾ ਜੀ ਜਾਵੇ, ਪੜ੍ਹਦੇ ਸੁਣਦੇ ਸਰਬੱਤ ਲਾਏ ਬੰਦ ਗੁਰੂ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕੇ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪੰਥ ਗੁਰਾਂਤੀ ਦੇ, ਜੋ ਬ੍ਰਹਮ ਕੋ ਮਿਲ ਬੋਝ ਹੈ ਖੋਜ ਸ਼ਬਦ ਪਹਿਲੇ। ਰਾਜ ਕਰੇਗਾ ਖਾਲਸਾ ਕੀ ਰਹਿ ਲਕੋਈ, ਪਾਰ ਹੋਏ ਸਭ ਮਿਲੇਂਗੇ ਬਚੇ ਸ਼ਰਣ ਜੋ ਹੋਈ। ਉੱਠ ਗਈ ਸਭਾ ਬਲੇਸ਼ ਕੀ, ਕਰ ਕੋੜਾ ਪਾਸਾਰ, ਡਾਂਗਾ ਵਾਜ ਫਤਿਹ ਕਾ ਦੇਖ ਲੰਕੇ ਅਵਤਾਰ। ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੇ ਅਵਤਾਰ, ਜਗ ਬਗ ਜੋਤ ਵਰਾਜ ਰਹੀ ਸ੍ਰੀ ਅਮਚਲ ਨਗਰ ਬਜ਼ਾਰ। ਖੰਡਾ ਜਪ ਕੈ ਹਾਥ ਵੈ ਕਲਗੀ ਸੋ ਹੈ ਸੀਸ, ਸੋ ਅਮਰੀ ਰਚਿਆ ਕਰੇ ਗੁਰੂ ਕਲਗੀ ਧਾਰ ਜਗਦੀਸ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰੂ ਮਾਰੇ ਉਤਾਰ ਨਿਹਾਰ। ਗੱਲ ਕਿਰ ਕਰਨ ਲਾਵੇ ਬੰਦੇ ਪਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਮੁਖੀ ਅਕਾਲ ਤੇਗ ਫਤਿਹ ਵਾਹਿਗੁਰੂ। ਸਤਨਾਮ ਸੋ ਖਾਲੀ ਰੱਬ ਕੀਆ, ਸੂਰਤ ਮਹੱਲਾ ਪੰਜਵਾ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਾ ਸੁਹੇਲੇ, ਕਰ ਕਿਰਪਾ ਪ੍ਰਭ ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜੈ ਜਾਈਏ ਤਾ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਪਾਈ, ਮਨ ਚਿੰਦੇ ਸਗਲੇ ਪਲ ਪਾਵੋ, ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਣ ਅਧਾਰਾ, ਹਮ ਸੰਤ ਜਨਾਰੇ ਨਾਰਾ, ਪਤ ਪਨੀਤ ਕਰ ਦੀਨੇ, ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਰਖਵਾਲਾ, ਕਰੇ ਪ੍ਰਤਿਪਾਲਾ, ਸਦ ਜੀ ਸੰਗ ਰਖਵਾਲਾ। ਹਰ ਦਿਨ ਰਹਿਣ ਕੀਰਤਨ ਗਾਈਐ, ਬਹੁਣ ਨਜੂਨੀ ਪਾਈਐ, ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤੇ ਨਹੀਂ ਜਾਤਾ, ਜਬ ਕੰਕਰ ਨੇੜ ਲਿਆਇਆ, ਸੁਖ ਨਾਨਕ ਸਰਨੀ ਪਾਇਆ। ਸਤਨਾਮ ਸ੍ਰੀ ਵਾਹਿਗੁਰੂ, ਜਿਸ ਦੇਵ ਪੁਰਖ ਵਿਦਾਤਾ, ਹਰ ਰਸ ਤੇ ਜਾਤਾ, ਜਬ ਕੰਕਰ ਨੇੜ ਲਿਆਇਆ, ਸੁਖ ਨਾਨਕ ਸਰਨੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪੇਸ਼ ਦਰਬਾਰ ਵੱਲੋਂ
ਉਹਨਾਂ ਦੇ ਪਰਿਵਾਰ ਵੱਲੋਂ ਜੀਆ ਆਖਿਆ ਜਾਂਦਾ ਹੈ, ਧੰਨਵਾਦ ਕੀਤਾ ਜਾਂਦਾ ਹੈ। ਔਰ ਨਾਲ ਹੀ ਬਹੁਤ ਹੀ ਪਤਵੰਤੇ ਸੱਜਣਾਂ ਵੱਲੋਂ, ਪਰਿਵਾਰਾਂ ਵੱਲੋਂ ਸ਼ੋਕ ਪੱਤਰ ਵੀ ਆਏ ਨੇ। ਸਮੇਂ ਨੂੰ ਮੁੱਖ ਰੱਖਦੇ ਹੋਏ ਆਪਾਂ ਹਰ ਇੱਕ ਦੇ ਨਾਂ ਨਹੀਂ ਲਏ ਜਾ ਸਕਦੇ, ਕਿਉਂਕਿ ਸਮਾਂ ਹੁਣ ਸੀਮਿਤ ਰੱਖਿਆ ਗਿਆ ਹੈ। ਸੋ ਇਸ ਕਰਕੇ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਜਿਹਨਾਂ ਜਿਹਨਾਂ ਨੇ ਸ਼ੋਕ ਪੱਤਰ ਲੈ ਕੇ ਆਏ ਨੇ, ਸਾਰੀਆਂ ਸੰਸਥਾ ਦਾ ਔਰ ਸਾਰੇ ਪਰਿਵਾਰਾਂ ਦਾ, ਸਾਰੇ ਮੁੱਖ ਸੇਵਾਦਾਰਾਂ ਦਾ, ਜੋ ਵੀ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਕੁਰਮੀ ਪਰਿਵਾਰ ਦੇ ਨਾਲ ਪ੍ਰੇਮ ਕਰਦੇ ਹਨ, ਸਾਰਿਆਂ ਦਾ ਹੀ ਧੰਨਵਾਦ ਸਾਰਿਆਂ ਨੂੰ ਹੀ ਜੀ ਆਇਆ। ਸੋ ਇਸ ਵੇਲੇ ਗੁਰੂ ਸਾਹਿਬਾਂ ਦੀ ਪਵਿੱਤਰ ਪਾਵਣ ਦੇਹ ਵਰਤਾਈ ਜਾਏਗੀ। ਦੇਹ ਤੋਂ ਉਪਰੰਤ ਸਾਰੀਆਂ ਹੀ ਸੰਗਤਾਂ ਵਾਸਤੇ ਗੁਰੂ ਘਰ ਦਾ ਲੰਗਰ ਸਜਿਆ ਹੋਇਆ, ਸਾਰੀਆਂ ਹੀ ਸੰਗਤਾਂ ਲਈ ਗੁਰੂ ਘਰ ਦਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।